ਸਾਰੇ ਵੀਰਾਂ ਦਾ ਸਤਿ ਸ਼੍ਰੀ ਅਕਾਲ ਜੀ ਅਤੇ ਆਪਾਂ ਅੱਜ ਦਾ ਵਲੋਗ ਇੱਕ ਹੋਰ ਨਵਾਂ ਲੈ ਕੇ ਆ ਚੁੱਕੇ ਹਾਂ ਜੇ ਆਪਣਾ ਅੱਜ ਦਾ ਵਲੋਗ ਵੀ ਤੁਹਾਨੂੰ ਵਧੀਆ ਲੱਗੇ ਤਾਂ ਉਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਅਤੇ ਆਪਣਾ ਅੱਜ ਦਾ ਵਲੋਗ ਆ ਜੋ ਕਿ ਐਚ ਟਰੈਕਟਰ ਨਾਲ ਆਪਾਂ ਟਰਾਲੀ ਖਿਚਾਵਾਂਗੇ ਉਹ ਤੁਸੀਂ ਦੇਖ ਸਕਦੇ ਹੋ ਸ਼ੈੱਡ ਦੇ ਵਿੱਚ ਟਰਾਲੀ ਖੜੀ ਆ ਅਤੇ ਐਚ ਟਰੈਕਟਰ ਵੀ ਆਪਣਾ ਸ਼ੈੱਡ ਦੇ ਵਿੱਚ ਖੜਿਆ ਹੋਇਆ ਅਤੇ ਆਪਾਂ ਅੱਜ ਤੁਹਾਨੂੰ ਐਚ ਟਰੈਕਟਰ ਦੀ ਪਾਵਰ ਦਿਖਾਵਾਂਗੇ ਜੋ ਕਿ ਤੁਸੀਂ HMTT ਪਾਵਰ ਤਾਂ ਦੇਖ ਚੁੱਕੇ ਹੋ ਜੋ ਕਿ ਆਪਾਂ ਪਹਿਲਾਂ ਟੋਚਨ ਕਰਾਈ ਸੀ ਜਿਹਦੇ ਟੋਚਨ ਦੀ ਵੀਡੀਓ ਨਹੀਂ ਦੇਖੀ ਉਹ ਵੀ ਤੁਹਾਨੂੰ ਆਪਣੇ ਚੈਨਲ ਦੇ ਵਿੱਚ ਮਿਲ ਜੂਗੀ ਅਤੇ ਆਪਾਂ ਅੱਜ ਦਾ ਐਚਰ ਦਾ ਤੁਹਾਨੂੰ ਵਲੋਗ ਦਿਖਾਵਾਂਗੇ ਵੀ ਕਿੱਦਾਂ ਆਪਣਾ ਐਚ ਟਰੈਕਟਰ ਕੰਮ ਕਰੂਗਾ ਜਾਂ ਨਹੀਂ ਜੇ ਆਪਣਾ ਐਚ ਟਰੈਕਟਰ ਨਾ ਟਰਾਲੀ ਖਿੱਚੂਗਾ ਤਾਂ ਆਪਾਂ ਫਿਰ HMTT ਟਰੈਕਟਰ ਜ਼ਰੂਰ ਪਾਵਾਂਗੇ ਤੁਸੀਂ ਦੇਖ ਸਕਦੇ ਹੋ ਪਿੱਛੇ ਮਿੱਟੀ ਪਈ ਹੈ ਅਤੇ ਇੱਧਰ ਆਪਣਾ ਕੋਠਾ ਹੈ ਅਤੇ ਆਪਾਂ ਇਸ 'ਤੇ ਟਰੈਕਟਰ ਪਹਿਲਾਂ ਆਪਾਂ ਕੋਠੇ 'ਚੋਂ ਟਰੈਕਟਰ ਕੱਢਾਂਗੇ ਆਪਣਾ ਅਤੇ ਫਿਰ ਅੱਗੇ ਆਪਾਂ ਟਰਾਲੀ ਪਾ ਕੇ ਸ਼ੈੱਡ ਦੇ ਵਿੱਚੋਂ ਫਿਰ ਆਪਾਂ ਅੱਗੇ ਲੈ ਕੇ ਜਾਵਾਂਗੇ ਅਤੇ ਅੱਜ ਦਾ ਵਲੋਗ ਵੀ ਆਪਣਾ ਜੇ ਵਧੀਆ ਲੱਗੇ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਆ ਵੀਰ ਜੀ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇੱਥੇ ਟਰਾਲੀ ਮਿੱਟੀ ਦੇ ਕੋਲ ਲਾ ਚੁੱਕੇ ਆਪਾਂ ਘਰ ਦੇ ਵਿੱਚੋਂ ਟਰਾਲੀ ਲੈ ਕੇ ਆ ਚੁੱਕੇ ਹਾਂ ਅਤੇ ਹਲੇ ਆਪਣਾ ਇੱਕ ਟਰੈਕਟਰ ਉੱਥੇ ਖੜਿਆ ਜੇ ਆਪਾਂ ਲੋਡ ਪਈ ਤਾਂ ਆਪਾਂ ਉਹ ਵੀ ਟਰੈਕਟਰ ਜ਼ਰੂਰ ਲੈ ਕੇ ਆਵਾਂਗੇ ਤਾਂ ਆਪਾਂ ਇਹਦੇ ਵਿੱਚ ਪਹਿਲਾਂ ਮਿੱਟੀ ਭਰਦੇ ਹਾਂ ਅਤੇ ਇਹ ਮਿੱਟੀ ਭਰ ਆਪਣਾ ਕੰਪਲੀਟ ਹੋ ਚੁੱਕਿਆ ਹੁਣ ਆਪਾਂ ਨੈਕਸਟ ਵਲੋਗ ਕਿਸ ਚੀਜ਼ 'ਤੇ ਲੈ ਕੇ ਜੇ ਤੁਸੀਂ ਕਮੈਂਟ ਨੀਚੇ ਕਰਕੇ ਦੱਸ ਸਕਦੇ ਹੋ
ਤੇ ਅੱਜ ਦਾ ਵਲੋਗ ਆਪਣਾ ਇੰਨਾ ਹੀ ਸੀ। ਵਲੋਗ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ।